ਸਕਰੀਨ ਤੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਮੋੜ ਮੰਡੀ ਦੀਆਂ ਨੇ। ਇੱਥੇ ਵਸਦੇ ਲੋਕਾਂ ਨੂੰ ਸੀਵਰੇਜ ਦੇ ਪਾਣੀ ਦੇ ਲੀਕੇਜ ਨੂੰ ਲੈ ਕੇ ਭਾਰੀ ਸਮੱਸਿਆ ਆ ਰਹੀ ਹੈ। ਪਾਣੀ ਦੀ ਲੀਕੇਜ ਕਾਰਨ ਗਲੀਆਂ ਚੋਂ ਰਸਤੇ ਤੇ ਲੋਕਾਂ ਦੇ ਘਰ ਭਰ ਗਏ ਨੇ। ਪਾਣੀ ਦੀ ਸਮੱਸਿਆ ਦੇ ਨਾਲ ਨਾਲ ਬਦਬੋ ਤੇ ਭਯਾਨਕ ਬਿਮਾਰੀਆਂ ਫੈਲਣ ਦਾ ਵੀ ਖਤਰਾ ਲਗਾਤਾਰ ਉਹਨਾਂ ਦੇ ਸਿਰ ਤੇ ਮੰਡਰਾ ਰਿਹਾ ਹੈ। ਇਸ ਦੇ ਨਾਲ ਹੀ ਬੱਚਿਆਂ ਦਾ ਭਵਿੱਖ ਵੀ ਖਤਰੇ 'ਚ ਨਜ਼ਰ ਆ ਰਿਹਾ ਹੈ, ਕਿਉਂਕਿ ਸਕੂਲ ਦੇ ਗੇਟ ਦੇ ਰੋਡ ਅੱਗੇ ਪਾਣੀ ਭਰ ਜਾਂਦਾ ਹੈ, ਜਿਸ ਕਰਕੇ ਲੋਕਾਂ ਨੂੰ ਤੇ ਬੱਚਿਆਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਜੇਕਰ ਗੱਲ ਕਰੀਏ ਤਾਂ ਰੇੜੀਆਂ ਵਾਲਿਆਂ ਦਾ ਵੀ ਕਾਰੋਬਾਰ ਠੱਪ ਹੋ ਗਿਆ ਹੈ, ਕਿਉਂਕਿ ਇਸ ਇਲਾਕੇ ਵਿੱਚ ਬਦਬੂ ਆਉਂਦੀ ਹੈ ਤੇ ਗੰਦੇ ਪਾਣੀ ਕਾਰਨ ਲੋਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਨੇ। ਸਮੱਸਿਆ ਤੋਂ ਤੰਗ ਆ ਇੱਕ ਮਹਿਲਾ ਨੇ ਦੱਸਿਆ ਕਿ ਸੀਵਰੇਜ ਦੇ ਪਾਣੀ ਕਾਰਨ ਮਕਾਨ ਦੇ ਵਿੱਚ ਤਰੇੜਾਂ ਆ ਗਈਆਂ ਨੇ ਅਤੇ ਫਰਸ਼ ਬਹਿ ਗਏ ਨੇ ਅਤੇ 5 ਫੁੱਟ ਦੇ ਕਰੀਬ ਫਰਸ਼ ਜ਼ਮੀਨ ਵਿੱਚ ਧਸ ਗਿਆ ਹੈ। ਕਿਸੇ ਵੀ ਸਮੇਂ ਮਕਾਨ ਡਿੱਗ ਸਕਦਾ ਹੈ ਤੇ ਗਰੀਬ ਦਾ ਪਰਿਵਾਰ ਕਿੱਥੇ ਜਾਏਗਾ। ਲੋਕਾਂ ਨੇ ਆਪਣੀ ਹੋਰ ਕੀ ਸਮੱਸਿਆਵਾਂ ਦੱਸੀਆਂ, ਸੁਣੋ।